ਪੰਜਾਬ ਪੁਲਿਸ ਵੱਲੋਂ ਨਸ਼ੇ ਨੂੰ ਖਤਮ ਕਰਨ ਦੀ ਮੁਹਿੰਮ ਤਹਿਤ CIA ਸਟਾਫ ਕਪੂਰਥਲਾ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਇਹ ਕਾਰਵਾਈ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਕੀਤੀ ਹੈ, ਜਿਸ ਦੇ ਤਹਿਤ ਕਪੂਰਥਲਾ ਪੁਲਿਸ ਨੇ ਨਾਕੇਬੰਦੀ ਦੌਰਾਨ ਇੱਕ ਟਰੱਕ ਦੇ ਵਿੱਚੋਂ 1 ਕੁਇੰਟਲ ਚੂਰਾ ਪੋਸਤ ਸਮੇਤ ਟਰੱਕ ਡਰਾਈਵਰ ਨੂੰ ਕਾਬੂ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਨੇ ਦੱਸਿਆ ਹੈ ਕਿ ਇਸ ਟਰੱਕ ਰਾਹੀਂ ਡਰਾਈਵਰ ਸ਼੍ਰੀਨਗਰ ਤੋਂ ਲਿਆ ਕੇ ਨਸ਼ਾ ਇਲਾਕੇ ਦੇ ਵਿੱਚ ਵੇਚਦਾ ਸੀ। ਕਾਬਲੇ ਗੌਰ ਹੈ ਕਿ ਚੂਰਾ ਪੋਸਤ ਲਿਆਉਣ ਲਈ ਟਰੱਕ ਮਾਲਕ ਆਪਣੇ ਡਰਾਈਵਰ ਨੂੰ 10,000 ਰੁਪਏ ਅਲੱਗ ਤੋਂ ਦਿੰਦਾ ਸੀ। ਉਹਨਾਂ ਦੱਸਿਆ ਹੈ ਕਿ ਟਰੱਕ ਮਾਲਕ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਫਿਲਹਾਲ ਪੁਲਿਸ ਵੱਲੋਂ ਟਰੱਕ ਡਰਾਈਵਰ ਖਿਲਾਫ਼ NDPS ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਮੰਨਣਾ ਹੈ ਕਿ ਹੋਰ ਵੀ ਕਈ ਖੁਲਾਸੇ ਹੋ ਸਕਦੇ ਨੇ। ਮਾਨਯੋਗ SSP ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਨਸ਼ੇ ਖਿਲਾਫ਼ ਜਿਹੜੀ ਮੁਹਿੰਮ ਵਧੀ ਗਈ ਹੈ। ਕੱਲ੍ਹ ਇੰਸਪੈਕਟਰ CJ ਸੁਰਿੰਦਰ ਚਾਂਦ ਜਿਹੜੀ ਜਿਨ੍ਹਾਂ ਦੀ ਅਗਵਾਈ ਸ਼੍ਰੀ ਮਨਪ੍ਰੀਤ ਸਿੰਘ ਢਿੱਲੋਂ DSPD ਕਰ ਰਹੇ ਸਨ, ਦੇ ਪਾਸ ਮੁਖਰ ਖਾਸ ਨੇ ਇਤਲਾਹ ਦਿੱਤੀ ਕਿ ਸ਼ਾਮ ਲਾਲ ਪੁੱਤਰ ਕਸ਼ਮੀਰ ਸਿੰਘ ਵਾਸੀ ਨਾਰ ਦਾ ਜ਼ਿਲ੍ਹਾ ਗੁਰਦਾਸਪੁਰ ਜੋ ਟਰੱਕ ਡਰਾਈਵਰੀ ਕਰਦਾ ਆ, ਅੱਜ ਵੀ ਟਰੱਕ ਦੇ ਉੱਤੇ ਚੂਰਾ ਪੋਸਟ ਲੈ ਕੇ ਅਮੀਰੀ ਤੋਂ ਕਪੂਰਥਲਾ ਸਾਈਡ ਆ ਰਿਹਾ ਆ। ਜੇਕਰ ਪੀਰ ਦੋ ਰੁੱਖਾ ਪੀਰ ਦੀ ਜਗ੍ਹਾ 'ਤੇ ਲਖਨ ਕਲੰਗ ਦੇ ਕੋਲ ਨਾ ਪਾਬੰਦੀ ਕੀਤੀ ਜਾਵੇ ਤਾਂ ਕਾਬੂ ਆ ਸਕਦਾ। ਸੀਕਰਟ ਇਨਫੋਰਮੇਸ਼ਨ ਹੋਣ ਕਰਕੇ ਨਾਕਾਬੰਦੀ ਲਖਨਕਲਾ ਕੀਤੀ ਗਈ ਆ, ਜਿਸ 'ਤੇ ਗੱਡੀ ਨੰਬਰ ਜਿਹੜੀ ਸੀ PV 08 DS 58 ਨੂੰ ਮੌਕੇ ਚੈੱਕ ਕੀਤਾ ਅਤੇ ਡਰਾਈਵਰ ਅਚਾਨਕ ਅਤੇ ਪੁਲਿਸ ਨੇ ਕਾਬੂ ਕੀਤਾ। ਜਦੋਂ ਉਹਦੀ ਸਰਚ ਕੀਤੀ ਤਾਂ ਕੰਡਕਟਰ ਦੇ ਪੈਰਾਂ ਵਿੱਚੋਂ 2 ਥੈਲੇ ਜਿਹੜੇ ਸੀਗੇ ਪਲਾਸਟਿਕ ਦੇ ਪੁੱਟੀ ਦੇ ਬਰਾਮਦ ਹੋਏ ਤਾਂ 3 ਥੈਲੇ ਜਿਹੜੇ ਉੱਤੇ ਕੈਬਨ ਸੀਗਾ ਉਹਦੇ ਵਿੱਚੋਂ ਬਰਾਮਦ ਕੀਤੇ ਗਏ, ਜਿਨ੍ਹਾਂ ਦਾ ਵੇਟ ਕੀਤਾ ਅਤੇ 1 ਕੁਇੰਟਲ ਦੇ ਕਰੀਬ ਇਹ ਭੁੱਕੀ ਚੂਰਾ ਪੋਸਟ ਬਰਾਮਦ ਹੋਇਆ, ਜਿਸ 'ਤੇ ਮੁਕੱਦਮਾ ਨੰਬਰ 108 MI 10/9/2018 Under Section 15-88 PS ਦਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਨੂੰ ਇਸ ਮੁਕੱਦਮੇ